ਤੁਸੀਂ ਦੇਖ ਰਹੇ ਹੋ ਤੇਜ਼ ਰਫ਼ਤਾਰ ਟੀ ਵੀ ਅਤੇ ਹਮੇਸ਼ਾ ਜੁੜੇ ਰਹੋ ਤੇਜ਼ ਰਫ਼ਤਾਰ ਟੀ ਵੀ ਦੇ ਨਾਲ। ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਦਾ ਰਹਿਣ ਵਾਲਾ ਰਜਿੰਦਰ ਸਿੰਘ ਖੋਟੇ, ਜੋ ਕਿ ਗਰੀਬਾਂ ਸੇਵਾ ਵਿੱਚ ਮਸਤ ਹੈ, ਉਹਨਾਂ ਦਾ ਕਹਿਣਾ ਹੈ ਕਿ ਗੁਰੂ ਰਾਮਦਾਸ ਸਾਹਿਬ ਨੇ ਬੜੀ ਕਿਰਪਾ ਮੇਰੇ 'ਤੇ ਕੀਤੀ ਹੈ ਕਿ ਮੈਨੂੰ ਇਹਨਾਂ ਗਰੀਬ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਿਆ ਹੈ। ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਹੀ ਮੈਂ ਇਹਨਾਂ ਗਰੀਬਾਂ ਨੂੰ ਦਵਾਈਆਂ ਦਿੰਦਾ ਹਾਂ ਅਤੇ ਖਾਣ ਪੀਣ ਦੀਆਂ ਵਸਤਾਂ ਉਹਨਾਂ ਦੇ ਘਰਾਂ ਤੱਕ ਅਤੇ ਹਸਪਤਾਲਾਂ ਤੱਕ ਪਹੁੰਚਾਉਂਦਾ ਹਾਂ। ਅਤੇ ਗੁਰੂ ਰਾਮਦਾਸ ਦੀ ਕਿਰਪਾ ਅਤੇ ਲੋਕਾਂ ਦੀ ਕਿਰਪਾ ਦੇ ਸਦਕਾ ਹੀ ਮੈਂ ਅੱਜ ਇਹਨਾਂ ਗਰੀਬ ਲੋਕਾਂ ਨੂੰ ਕੱਪੜਿਆਂ ਤੱਕ ਦਾ ਵੰਡਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ, ਤਾਂ ਕਿ ਕੋਈ ਤਨ ਇੱਥੇ ਕੱਪੜੇ ਤੋਂ ਬਗੈਰ ਨਾ ਰਹੇ ਅਤੇ ਨਾ ਹੀ ਕੋਈ ਜਿਹੜਾ ਪੇਸ਼ੈਂਟ ਗਰੀਬ ਹੈ ਉਸ ਦਵਾਈ ਤੋਂ ਬਿਨਾਂ ਵਾਂਝਾ ਰਹਿ ਸਕੇ। ਉਹਨਾਂ ਨੇ ਕਿਹਾ ਕਿ ਮੇਰੇ ਨਾਲ ਸਹਿਯੋਗ ਕਰਨਾ ਚਾਹੁੰਦੇ ਹੋ ਤਾਂ ਮੇਰੇ ਨਾਲ ਸਹਿਯੋਗ ਕਰ ਸਕਦੇ ਹੋ, ਜੇ ਤੁਸੀਂ ਆਪਦੇ ਪੱਧਰ 'ਤੇ ਵੀ ਕਰਨਾ ਹੈ ਤਾਂ ਆਪਦੇ ਪੱਧਰ 'ਤੇ ਵੀ ਕਰ ਸਕਦੇ ਹੋ। ਐਵੇਂ ਛਬੀਲਾਂ ਅਤੇ ਲੰਗਰ ਲਾ ਕੇ ਨਜਾਈ ਪੈਸੇ ਖਰਾਬ ਕਰਨ ਦੀ ਬਜਾਏ ਆਪਾਂ ਗਰੀਬੀ ਦੇ ਜਿਹੜਾ ਲੋਕਾਂ ਗਰੀਬੀ ਰੇਖਾ ਵਿੱਚ ਲੋਕ ਜਿਉਂ ਰਹੇ ਆ ਉਹਨਾਂ ਦੀ ਦੇਖਭਾਲ ਕਰੀਏ ਅਤੇ ਉਹਨਾਂ ਦਾ ਜੀਵਨ ਬਚਾ ਸਕੀਏ। ਬਿਊਰੋ ਰਿਪੋਰਟ ਨਿਹਾਲ ਸਿੰਘ ਵਾਲਾ ਤੋਂ। ਬੱਚੇ ਸਾਰੇ ਨੇ ਇਹਨਾਂ ਦੇ ਬੁਰਾ ਹਾਲ ਹੀ ਇਹਨਾਂ ਦਾ ਇੰਨੀ ਇਹਨਾਂ ਦੇ ਖਾਸ ਖਾਲੀ ਪੇਟ ਲੈਣਾ ਰੋਟੀ ਖਾਣ ਤੋਂ ਪਹਿਲਾਂ ਤੱਕ ਖਾਲੀ ਪੇਟ, ਜਦੋਂ ਤੁਹਾਨੂੰ ਜਾਗ ਜੀ ਆ ਜੇ ਇੱਕ ਗੁਲਗੁਲ ਲੈਣਾ ਇਹਦੇ ਨਾਲ ਸੱਟ ਜੇ ਆਪਾਂ ਰੋਟੀ ਖਾਂਦੇ ਹਾਂ। ਮੈਂ ਕਹਿੰਦਾ ਤੇ ਆਪ ਬਣਦਾ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਦਾਸ ਆਪ ਜੀ ਦਾ ਸੇਵਾਦਾਰ ਰਜਿੰਦਰ ਖੋਟੇ ਮੈਂ ਹਾਜ਼ਰ ਹਾਂ ਜੀ। ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ, ਉਹਨਾਂ ਦੀ ਕਿਰਪਾ ਸਦਕਾ ਅਤੇ ਆਪ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਚੱਲ ਰਹੀ ਆ। ਇਹ ਸੇਵਾ ਤਹਿਤ ਗਰੀਬ ਮਰੀਜ਼ਾਂ ਨੂੰ ਫਰੀ ਦਵਾਈਆਂ ਅਤੇ ਜਿਵੇਂ ਫਰੀ ਭੋਜਨ ਦਿੱਤਾ ਜਾਂਦਾ, ਹੁਣ ਕੱਪੜਿਆਂ ਦਾ ਕੰਮ ਵੀ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਸ਼ੁਰੂ ਕਰ ਦਿੱਤਾ ਗਿਆ, ਤਾਂ ਕਿ ਜਿੱਥੇ ਗਰੀਬ ਨੂੰ ਇਲਾਜ ਦੀ ਲੋੜ ਆ, ਦਵਾਈ ਦੀ ਲੋੜ ਆ, ਭੋਜਨ ਦੀ ਲੋੜ ਆ, ਉੱਥੇ ਨਾਲ ਸਰਦੀ ਆ ਗਈ, ਹੁਣ ਕੱਪੜਿਆਂ ਦੀ ਵੀ ਲੋੜ ਆ। ਸੋ ਬੇਨਤੀ ਆ, ਇਹ ਤੁਹਾਡੇ ਸਹਿਯੋਗ ਨਾਲ ਸੇਵਾ ਚੱਲ ਰਹੀ ਹੈ, ਮੈਂ ਤੁਹਾਡਾ ਵੀ ਧੰਨਵਾਦ ਕਰਦਾ। ਅਤੇ ਦੂਸਰੇ ਨੰਬਰ 'ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਬਈ ਪੀਜ਼ੇ, ਬਰਗਰ, ਨਿਊਡਲਜ਼, ਗੋਲ ਗੱਪੇ, ਇਹਨਾਂ ਲੰਗਰਾਂ ਦੀ ਸਾਨੂੰ ਬਿਲਕੁਲ ਜ਼ਰੂਰਤ ਨਹੀਂ ਹੈ। ਸਾਨੂੰ ਜੇ ਲੋੜ ਹੈ ਤਾਂ ਜੇ ਦਵਾਈਆਂ ਦੇ ਲੰਗਰਾਂ ਦੀ ਲੋੜ ਆ। ਆਪਣੇ ਪਿੰਡ, ਆਪਣੇ ਸ਼ਹਿਰ, ਆਪਣੇ ਨਗਰ ਦੇ ਆਸ ਪਾਸ ਦੇਖੋ ਵੀ ਕੋਈ ਗਰੀਬ ਮਰੀਜ਼ ਪਿਆ, ਉਹਨੂੰ ਦਵਾਈ ਦੀ ਜ਼ਰੂਰਤ ਆ, ਉਹਨੂੰ ਭੋਜਨ ਦੀ ਜ਼ਰੂਰਤ ਆ, ਉਹਦੇ ਲਈ ਤੁਸੀਂ ਰੱਬ ਬਣ ਕੇ ਵੜ ਸਕਦੇ ਹਾਂ। ਸੋ ਮੇਰੀ ਬੇਨਤੀ ਆ ਵੀ ਆਪਾਂ ਇਹ ਪ੍ਰਣ ਕਰਨਾ ਵੀ ਵੈਸੇ ਜਨਰਲ ਮੌਤ ਕਿਸੇ ਦੀ ਆ ਜੇ ਤਾਂ ਕੋਈ ਗੱਲ ਨਹੀਂ, ਪਰ ਦਵਾਈ, ਭੋਜਨ ਅਤੇ ਕੱਪੜੇ ਤੋਂ ਬਿਨਾਂ ਕੋਈ ਮਰੀਜ਼ ਇਸ ਸੰਸਾਰ ਤੋਂ ਨਹੀਂ ਜਾਣਾ ਚਾਹੀਦਾ। ਇਸ ਸੇਵਾ ਨੂੰ ਤੁਸੀਂ ਮੇਰੇ ਨਾਲ ਸਹਿਯੋਗ ਵੀ ਕਰ ਸਕਦੇ ਹਾਂ ਅਤੇ ਆਪਣੇ ਪੱਧਰ 'ਤੇ ਵੀ ਕਰਕੇ ਆਪਣਾ ਜਨਮ ਸਫਲ ਕਰ ਸਕਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।